ਔਰ ਉਹ ਗਲੀਆਂ ਜਿਹੜੀਆਂ ਸੀ ਬਣਾਉਣ ਬਾਰੇ ਪਾਸ ਕਰਵਾਈਆਂ ਸੀ, ਅਸੀਂ ਉਹ ਚੈੱਕ ਕਰਨ ਲਈ ਪਹੁੰਚੇ ਸੀ ਔਰ ਨਵੀਆਂ ਹਜੇ ਟਾਈਲਾਂ ਜਿਹੜੀਆਂ ਲੱਗੀਆਂ ਹੀ ਨੇ ਉਹ ਟੁੱਟੀ ਜਾ ਰਹੀਆਂ ਨੇ ਔਰ ਅਸੀਂ ਖੜਕਾ ਕੇ ਦੇਖੀਆਂ ਟਾਈਲਾਂ ਤਾਂ ਨਾਲ ਦੀ ਨਾਲ ਹੀ ਟੁੱਟ ਗਈਆਂ। ਟਾਈਲ ਦੇ ਵਿੱਚ ਘਟੀਆ ਮਟੀਰੀਅਲ ਲੱਗਦਾ ਜਿਹੜਾ ਯੂਜ਼ ਕੀਤਾ ਹੋਇਆ ਔਰ ਮੈਂ ਹੁਣੇ ਹੀ ADC ਸਾਹਿਬ ਨੂੰ ਸਾਡੇ ADC ਉਹਨਾਂ ਨੂੰ ਫੋਨ ਕਰਕੇ ਇਸ ਕੰਮ ਦੀ ਇਨਕੁਆਇਰੀ ਕਰਨ ਲਈ ਕਿਹਾ। ਉਹਦਾ ਗਲਤ ਇੱਥੇ ਟਾਈਲਾਂ ਜਿਵੇਂ ਗਲਤ ਲੱਗ ਰਹੀਆਂ ਨੇ ਜੋ ਇੱਥੇ ਗਲਤ ਕੰਮ ਕਰ ਰਹੇ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਹੁਣ ਉਹ ਟਾਈਲਾਂ ਜਿਹੜੀਆਂ ਨੇ ਇੱਥੇ ਹੋਰ ਪਈਆਂ ਸੀਗੀਆਂ, ਉਹ ਮਾੜੀ ਜੀ ਉੱਪਰ ਟਾਈਲ ਦੇ ਟਾਈਲ ਮਾਰੀ ਹੈ ਤਾਂ ਉਹ ਟੁੱਟ ਗਈ ਹੈ, ਵੀਡੀਓ ਵੀ ਬਣਾਈ ਹੈ, ਨਾਲ ਇੱਟਾਂ ਪਈਆਂ ਨੇ, ਇੱਟਾਂ ਨੂੰ ਵੀ ਥੋੜ੍ਹਾ ਜਿਹਾ ਨਾਲ ਟਕਰਾਇਆ ਤਾਂ ਉਹ ਟੁੱਟ ਗਈਆਂ। ਹਾਂ ਮਾੜਾ ਜਿਹਾ ਨਾ ਉੱਤੇ ਹੀ ਟਾਈਲ ਮਾਰੀ ਸੀ ਹੌਲੀ ਜਿਹੀ, ਉਹਦੇ ਨਾਲ ਹੀ ਟਾਈਲ ਟੁੱਟ ਗਈ। ਮੈਂ ਸਵੇਰੇ ਤੁਹਾਡੇ ਕੋਲ ਸ਼ਿਕਾਇਤ ਪਹੁੰਚਾਉਣਾ ਔਰ ਜਿਹੜਾ ਕੰਮ ਹੋ ਰਿਹਾ ਇਹਨੂੰ ਬੰਦ ਕਰਵਾ ਕੇ ਨਾ ਦੁਬਾਰਾ ਨਵੇਂ ਸਿਰੇ ਉਹ ਸਹੀ ਕੰਮ ਕਰਵਾਉਣਾ ਅਤੇ ਇਹਨਾਂ ਦੇ ਖਿਲਾਫ਼ ਕਾਰਵਾਈ ਕਰੀਏ। ਹਾਂ ਠੀਕ ਹੈ ਜੀ। ਮੈਂ ਪਹੁੰਚਿਆ ਜੀ ਪਿੰਡ ਬੇਗਾਂ ਵਾਲੀ ਔਰ ਇੱਥੇ ਜੋ ਅਸੀਂ ਪਿੱਛੇ ਕੰਮ ਸ਼ੁਰੂ ਕਰਵਾਏ ਸੀਗੇ ਔਰ ਜੋ ਵੱਖ ਵੱਖ ਗਲੀਆਂ ਦੀ ਜੋ ਸਾਡੇ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਗਈ ਸੀ ਬਣਾਉਣ ਬਾਰੇ ਔਰ ਉਹ ਗਲੀਆਂ ਜਿਹੜੀਆਂ ਅਸੀਂ ਬਣਾਉਣ ਬਾਰੇ ਪਾਸ ਕਰਵਾਈਆਂ ਸੀ ਉਹਦਾ ਕੰਮ ਜਿਹੜਾ ਸ਼ੁਰੂ ਹੋਇਆ ਸੀ ਉਹ ਚੈੱਕ ਕਰਨ ਲਈ ਪਹੁੰਚੇ ਸੀ ਔਰ ਪਿੰਡ ਵਾਸੀਆਂ ਨੇ ਮੈਨੂੰ ਦੱਸਿਆ ਸੀ ਕਿ ਜਿਹੜਾ ਘਟੀਆ ਮਟੀਰੀਅਲ ਲਗਾਇਆ ਜਾ ਰਿਹਾ ਔਰ ਉਹ ਮਟੀਰੀਅਲ ਚੈੱਕ ਕੀਤਾ ਕਿ ਨਵੀਆਂ ਹਜੇ ਟਾਈਲਾਂ ਜਿਹੜੀਆਂ ਲੱਗੀਆਂ ਹੀ ਨੇ ਉਹ ਟੁੱਟੀ ਜਾ ਰਹੀਆਂ ਨੇ ਔਰ ਅਸੀਂ ਖੜਕਾ ਕੇ ਦੇਖੀਆਂ ਟਾਈਲਾਂ ਤਾਂ ਨਾਲ ਦੀ ਨਾਲ ਹੀ ਟੁੱਟ ਗਈਆਂ, ਜਾ ਕੇ ਯਾਨੀ ਕਿ ਜਿਹੜੀ ਟਾਈਲ ਦੇ ਵਿੱਚ ਘਟੀਆ ਮਟੀਰੀਅਲ ਲੱਗਦਾ ਜਿਹੜਾ ਯੂਜ਼ ਕੀਤਾ ਹੋਇਆ ਲੱਗ ਰਿਹਾ ਔਰ ਇਹ ਟਾਈਲ ਜਿਹੜੀ ਟੁੱਟਣੀ ਨਹੀਂ ਚਾਹੀਦੀ ਜਿੱਡਾ ਮਰਜ਼ੀ ਦੇ ਦਬਾਅ ਪੈ ਜੇ ਔਰ ਮੈਂ ਹੁਣੇ ਹੀ ADC ਸਾਹਿਬ ਨੂੰ ਸਾਡੇ ADC ਉਹਨਾਂ ਨੂੰ ਫੋਨ ਕਰਕੇ ਇਸ ਕੰਮ ਦੀ ਇਨਕੁਆਇਰੀ ਕਰਨ ਲਈ ਕਿਹਾ ਔਰ ਜਿਹੜਾ ਗਲਤ ਕੰਮ ਕੀਤਾ ਗਿਆ ਉਹਨੂੰ ਸਹੀ ਕਰਾਇਆ ਜਾਵੇ ਔਰ ਜਿਹੜਾ ਗਲਤ ਇੱਥੇ ਟਾਈਲਾਂ ਜਿਵੇਂ ਗਲਤ ਲੱਗ ਰਹੀਆਂ ਨੇ ਜੋ ਇੱਥੇ ਗਲਤ ਕੰਮ ਕਰ ਰਹੇ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਔਰ ਮੈਂ ਇੱਕ ਸੰਦੇਸ਼ ਦੇਣਾ ਸਾਰਿਆਂ ਨੂੰ ਚੇਤਾਵਨੀ ਦੇ ਰਿਹਾ ਕਿ ਮੇਰੇ ਹਲਕਾ ਫਾਜ਼ਿਲਕਾ ਦੇ ਵਿੱਚ ਜੋ ਵਿਕਾਸ ਦਾ ਕੰਮ ਹੋ ਰਿਹਾ ਜੋ ਵਿਕਾਸ ਦਾ ਪੈਸਾ ਸਰਕਾਰ ਦੇ ਰਹੀ ਹੈ ਅਸੀਂ ਜੋ ਜੋ ਕੰਮ ਪਾਸ ਕਰਵਾ ਰਹੇ ਹਾਂ ਇੱਕ ਇੱਕ ਕੰਮ ਜਿਹੜਾ ਹੈ ਸਹੀ ਕੀਤਾ ਜਾਵੇ। ਕੋਈ ਘਪਲੇਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਊਗੀ, ਕੋਈ ਘਟੀਆ ਮਟੀਰੀਅਲ ਲਾਉਂਦਾ ਤਾਂ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ। ਅਸੀਂ ਪਿੰਡਾਂ ਦੇ ਵਿੱਚ ਕੰਮ ਕਰਾਉਣੇ ਹੈ, ਬਿਲਕੁਲ ਸਹੀ ਕੰਮ ਕਰਵਾਉਣੇ ਹੈ ਔਰ ਜੇ ਕੋਈ ਗਲਤ ਕੰਮ ਕਰੂਗਾ ਉਹਨੂੰ ਅਸੀਂ ਬਖਸ਼ਾਂਗੇ।